ਸਤਿ ਸ਼੍ਰੀ ਅਕਾਲ ਬੀਬਤੀ, ਨਵਾਂ ਸ਼ਹਿਰ ਦੇਖ ਰਹੇ ਹੋ। ਇਸ ਵੇਲੇ ਅਸੀਂ ਨਵਾਂ ਸ਼ਹਿਰ ਰਾਹੋਂ ਰੋਡ 'ਤੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਜ਼ਬਰਦਸਤ ਐਕਸੀਡੈਂਟ ਹੋਇਆ। ਤੁਸੀਂ ਦੇਖ ਸਕਦੇ ਹੋ ਕਿਵੇਂ ਸੜਕ 'ਤੇ ਕੱਚੇ ਹੀ ਕੱਚ ਖਿਲ ਰਿਹਾ ਹੋਇਆ ਔਰ ਦੱਸਿਆ ਜਾ ਰਿਹਾ ਜੋ ਮੌਕੇ 'ਤੇ ਇਹ ਸਾਡੇ ਭਰਾ ਇੱਥੇ ਸਾਰੇ ਖੜ੍ਹੇ ਆ। ਇਹਨਾਂ ਨੇ ਜਿਹੜੇ ਪੀੜਤ ਸੀ ਉਹਨਾਂ ਦੀ ਮਦਦ ਵੀ ਕੀਤੀ ਹੈ ਸਾਰਿਆਂ ਨੇ, ਇਹਨਾਂ ਦੇ ਧੰਨਵਾਦੀ ਹਾਂ। ਔਰ ਆਹ ਗੱਡੀ ਜਿਹੜੀ ਅਲਟੋ ਗੱਡੀ ਹੈ, ਇਹ ਦੱਸਿਆ ਜਾ ਰਿਹਾ ਕਿ ਇੱਧਰੋਂ ਟਰਾਲੀ ਜਿਹੜੀ ਹੈ ਉਹ ਗੰਨੇ ਨਾਲ ਲੱਦੀ ਸੀ ਅਤੇ ਪਿੱਛੋਂ ਗੱਡੀ ਵੱਜ ਜਾਂਦੀ ਆ। ਔਰ ਤੁਸੀਂ ਪੂਰਾ ਉਹਦਾ ਹਾਲਾਤ ਦੇਖੋ, ਗੱਡੀ ਬਹੁਤ ਜ਼ਿਆਦਾ ਡੈਮੇਜ ਹੋਈ ਹੈ, ਕੜਾਕੇ ਦੀ ਠੰਡ ਹੈ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਹਨਾਂ ਦੇ ਸੱਟ ਵੱਜੀ ਆ। ਕਿਹਦਾ ਆਹਮਣੇ ਸਾਹਮਣੇ ਵੱਜੀ ਆ? ਅੱਛਾ, ਆਹਮਣੇ ਸਾਹਮਣੇ ਵੱਜੀ ਆ। ਗੱਡੀ ਦੱਸਦੇ ਆ ਕਿ ਟਰਾਲੀ ਨਵਾਂ ਸ਼ਹਿਰ ਵਾਲੇ ਪਾਸੇ ਆ ਰਹੀ ਸੀ, ਟਰਾਲੀ ਨਵਾਂ ਸ਼ਹਿਰ ਜਾ ਰਹੀ ਸੀ ਤੇ ਗੱਡੀ ਰਾਹੋਂ ਵੱਲ ਨੂੰ ਜਾ ਰਹੀ ਸੀਗੀ। ਗੱਡੀ ਰਾਹੋਂ, ਹਾਂਜੀ, ਗੱਡੀ ਰਾਹੋਂ ਵੱਲ ਜਾਂਦੀ ਸੀ ਤੇ ਟਰਾਲੀ ਨਵੇਂ ਸ਼ਹਿਰ, ਟਰਾਲੀ ਸ਼ਹਿਰ ਵੱਲ ਨੂੰ ਆ ਰਹੀ ਸੀਗੀ, ਉਹਦੇ ਵਿੱਚ ਵੱਜੀ। ਹਾਂਜੀ, ਤੇ ਫਿਰ ਟਰਾਲੀ ਵਾਲਾ ਟਰੈਕਟਰ ਟਰਾਲੀ ਰੁਕਿਆ ਨਹੀਂ? ਰੁਕਿਆ ਸੀਗਾ, ਫਿਰ ਉਹ ਹੁਣੀ ਗਿਆ। ਉਹ ਪਤਾ ਨੰਬਰ ਨੋਟ ਕੀਤਾ ਜਾਂ ਨਹੀਂ ਇੱਥੇ ਬੰਦੇ ਸੀਗੇ। ਵੈਸੇ ਜਿਨ੍ਹਾਂ ਨੇ ਵੀ ਲੋਕਾਂ ਨੇ ਇੱਥੇ ਹੈਲਪ ਕੀਤੀ, ਚਲੋ ਵਧੀਆ ਗੱਲ ਆ, ਕਰਨੀ ਚਾਹੀਦੀ ਹੈਲਪ, ਬਟ ਜਦ ਐਂਬੂਲੈਂਸ ਨੂੰ ਫੋਨ ਕੀਤਾ, ਪੁਲਿਸ ਨੂੰ ਫੋਨ ਕੀਤਾ, ਕੋਈ ਨਹੀਂ ਪ੍ਰੈਜ਼ੈਂਟ ਹੋਇਆ। ਐਕਸੀਡੈਂਟ ਹੋਏ ਨੂੰ ਕਿੰਨੀ ਦੇਰ ਹੋ ਗਈ ਹੈ? ਮੇ ਬੀ ਆਲਮੋਸਟ ਹਾਲ ਤੱਕ ਐਂਬੂਲੈਂਸ ਹੋ ਗਿਆ 20-25 ਮਿੰਟ ਹੋਏ। ਫਿਰ ਭਾਜੀ ਉਹਨਾਂ ਨੂੰ ਗੱਡੀ 'ਚ ਮਾੜੇ ਭਾਜੀ ਪਾਸੇ, ਉਹ ਹਾਲਾਤ ਦੇਖੋ, ਦੇਖ ਕੇ ਮਤਲਬ ਬਹੁਤ ਭਿਆਨਕ ਹਾਦਸਾ ਹੈ। ਭਰਾਵਾਂ ਨੇ ਇੱਥੇ ਹੈਲਪ ਕੀਤੀ ਆ, ਕਿੱਦਾਂ ਬਾਹਰ ਖਿੱਚਿਆ ਆ। ਕਈ ਲੋਕਾਂ ਨੇ ਕਿਹਾ ਕਿ ਹਾਂਜੀ ਕੋਈ ਬੰਦਾ ਮੂਹਰੇ ਨਹੀਂ ਆ ਰਿਹਾ ਚੱਕਣ ਨੂੰ। ਚਲੋ ਐਕਸੀਡੈਂਟ ਹੁੰਦਾ ਠੀਕ ਹੈ, ਪੁਲਿਸ ਦਾ ਕੰਮ ਹੈ, ਜ਼ਰੂਰੀ ਨਹੀਂ ਆ ਜਾਣ ਬੰਦੇ ਦੀ ਨਿਕਲ ਜਾਵੇ, ਫਿਰ ਤਾਂ ਪੁਲਿਸ ਕੀ ਕਰ ਲੂੰਗੀ। ਨਹੀਂ ਉਹੀ ਆ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ, ਕੰਗਾ ਪਿੰਡ ਦੇ ਦੱਸ ਰਹੇ ਆ ਜਿਹਨਾਂ ਦਾ ਐਕਸੀਡੈਂਟ ਹੋਇਆ। ਔਰ ਮੇਰਾ ਖਿਆਲ ਉਹਨਾਂ ਦੇ ਰਿਲੇਟਿਵ ਵੀ ਆ ਗਏ ਆ, ਤਾਂ ਬਹੁਤ ਪਰੇਸ਼ਾਨ ਨੇ ਉਹ ਰੋ ਰਹੇ ਨੇ। ਗੱਡੀ ਦਾ ਨੰਬਰ PB27 ਸੀ, ਅੱਗੇ ਨੰਬਰ ਪਲੇਟ ਟੁੱਟ ਗਈ ਹੈ, ਨਹੀਂ ਨਜ਼ਰ ਆ ਰਿਹਾ, ਤਾਂ ਬੜੀ ਔਖੀ ਘੜੀ ਹੈ ਪਰਿਵਾਰ 'ਤੇ। ਔਰ ਹਸਬੈਂਡ ਵਾਈਫ ਦੱਸਿਆ ਜਾ ਰਿਹਾ ਕਿ ਦੋ ਜਾਣੇ ਸੀ ਜਿਨ੍ਹਾਂ ਨੂੰ ਰਾਹਗੀਰਾਂ ਨੇ ਗੱਡੀ 'ਚੋਂ ਬਾਹਰ ਕੱਢਿਆ ਔਰ ਹਸਪਤਾਲ ਕਿਹੜੇ ਲੈ ਕੇ ਗਏ, ਹਾਲੇ ਤੱਕ ਇਹ ਵੀ ਸਥਿਤੀ ਕਲੀਅਰ ਨਹੀਂ ਹੋ ਰਹੀ। ਪਰ ਮੌਕੇ 'ਤੇ ਮੌਜੂਦ ਜਿਹੜੇ ਮੁੰਡੇ, ਉਹਨਾਂ ਦਾ ਕਹਿਣਾ ਕਿ ਅਸੀਂ ਪੁਲਿਸ ਨੂੰ ਔਰ ਐਂਬੂਲੈਂਸ ਨੂੰ ਲਗਾਤਾਰ ਕਾਲ ਕਰ ਰਹੇ ਸੀ, ਲੇਕਿਨ ਸਾਡੀ ਕਿਤੇ ਵੀ ਗੱਲ ਸੁਣੀ ਨਹੀਂ ਗਈ। ਤਾਂ ਗੱਡੀ ਤੁਸੀਂ ਪਰਲੇ ਪਾਸਿਓਂ ਦੇਖ ਸਕਦੇ ਹੋ, ਪੂਰੀ ਡੈਮੇਜ ਹੋ ਗਈ ਆ। ਆਹ ਦਿਖਾ ਦੇ ਵਜੇ ਟਰੈਕਟਰ ਟਰਾਲੀ, ਅਤੇ ਇਹ ਦੱਸ ਰਿਹਾ ਕਿ ਟਰੈਕਟਰ ਟਰਾਲੀ ਜਿਹੜੀ ਆਹੋਂ ਵਾਲੀ ਸਾਈਡ ਤੋਂ ਨਵਾਂ ਸ਼ਹਿਰ ਜਾ ਰਹੀ ਸੀ ਔਰ ਇਹ ਗੱਡੀ ਜਿਹੜੀ ਹੈ ਨਵਾਂ ਸ਼ਹਿਰ ਤੋਂ ਰਾਹੋਂ ਵਾਲੇ ਪਾਸੇ ਜਾ ਰਹੀ ਸੀ, ਅਤੇ ਕੰਗਾਂ ਦੇ ਜਿਹੜੇ ਆ ਵਿੱਚ ਵਸਨੀਕ ਬੈਠੇ ਸੀ। ਹਸਬੈਂਡ ਵਾਈਫ ਦੱਸਿਆ ਜਾ ਰਿਹਾ ਕਿ ਲੇਡੀ ਦੇ ਕੰਨ ਦੇ ਕੋਲ ਸੱਟ ਲੱਗੀ ਹੈ ਔਰ ਜੋ ਗੱਡੀ ਚਲਾ ਰਹੇ ਸੀਗੇ ਉਹਨਾਂ ਦੇ ਹਸਬੈਂਡ, ਉਹਨਾਂ ਦੇ ਕਾਫੀ ਕ੍ਰਿਟੀਕਲ ਇੰਜਰੀਜ਼ ਆ, ਇਹ ਦੱਸਿਆ ਜਾ ਰਿਹਾ। ਮੈਂ ਗੱਡੀ ਦਾ ਇੱਕ ਵਾਰੀ ਨੰਬਰ ਪੜ੍ਹਨ ਦੀ ਕੋਸ਼ਿਸ਼ ਕਰਦਾ ਜੇ ਪੜ੍ਹ ਹੁੰਦਾ ਤਾਂ, ਪਰ ਬਹੁਤ ਭਿਆਨਕ, ਬਹੁਤ ਜ਼ਬਰਦਸਤ ਹਾਦਸਾ ਜਿਹੜਾ ਹੋਇਆ, ਐਕਸੀਡੈਂਟ ਹੋਇਆ, ਤਾਂ ਨੰਬਰ ਨਹੀਂ ਪਿੱਛੋਂ ਵੀ ਨਹੀਂ ਪੜ੍ਹਿਆ ਜਾ ਰਿਹਾ, ਕਿਉਂਕਿ ਗੱਡੀ ਬੁਰੀ ਤਰ੍ਹਾਂ ਜਿਹੜੀ ਨੁਕਸਾਨੀ ਗਈ ਹੈ। ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਵੀ ਜੇ ਮਾੜਾ ਦਿਖਾ ਦੇ, ਸ਼ੀਸ਼ਾ ਜਿਹੜਾ ਆ ਉਹ ਚੂਰੋ ਚੂਰ ਹੋ ਗਿਆ, ਜਿਹੜੀ ਗੱਡੀ ਦੀ ਛੱਤ ਆ ਉਹ ਪੂਰੀ ਬੈਂਡ ਹੋ ਗਈ ਹੈ, ਅੱਗੇ ਉਹ ਬੋਨਟ ਜਿਹੜਾ ਪੂਰਾ ਡੈਮੇਜ ਹੋ ਗਿਆ, ਮਗਰਾੜ ਵਗੈਰਾ, ਬੰਪਰ ਸਾਰੇ ਆ, ਟਾਇਰ ਤੁਸੀਂ ਦੇਖ ਲਓ ਕਿ ਇਸ ਤੋਂ ਅੰਦਾਜ਼ਾ ਲੱਗ ਸਕਦਾ ਕਿੰਨੀ ਭਿਆਨਕ ਜਿਹੜਾ ਗੱਡੀਆਂ ਦਾ ਆਪਸ ਵਿੱਚ ਟੱਕਰ ਹੋਈ ਆ, ਆਮੋ ਸਾਹਮਣੇ ਟੱਕਰ ਹੋਈ ਆ। ਔਰ ਜਿਹੜੇ ਗੱਡੀ ਚਲਾ ਰਹੇ ਹੋਣਗੇ, ਕਿਉਂਕਿ ਉਹ ਜਿਵੇਂ ਬੈਂਡ ਹੋ ਗਏ ਉੱਤੋਂ ਸ਼ੋ, ਤਾਂ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਹੋਣਗੀਆਂ, ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਔਰ ਗੱਡੀ ਪਿੱਛੇ ਤੱਕ ਜਿਹੜੀ ਮਾਰ ਪਈ ਹੈ, ਪਿਛਲੀ ਸੀਟ ਤੱਕ, ਤਾਂ ਉੱਪਰੋਂ ਜਿਹੜੀ ਛੱਤ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਤਰ੍ਹਾਂ ਫੋਲਡ ਹੋਈ ਹੋਈ ਹੈ, ਆਹ ਤਾਕੀ ਤਾਂ ਡਰਾਈਵਰ ਵਾਲੀ ਤਾਕੀ ਤਾਂ ਟੁੱਟੇ ਗਈ ਹੈ, ਪੂਰਾ ਜਿਹੜਾ ਇੰਜਨ ਪਾਰਟ ਹੈ ਉਹ ਵੀ ਨੁਕਸਾਨਿਆ ਗਿਆ ਔਰ ਕੱਚੇ ਹੀ ਕੱਚ ਜਿਹੜਾ ਸੜਕ 'ਤੇ ਨਜ਼ਰ ਆ ਰਿਹਾ। ਪਰ ਫਿਰ ਵੀ ਜਿਹੜੇ ਰਾਹਗੀਰੇ ਮੁੰਡੇ ਆ, ਇਹਨਾਂ ਦੀ ਸ਼ਲਾਘਾ ਬਣਦੀ ਹੈ, ਰੁਕੇ ਆ, ਇਹਨਾਂ 'ਚੋਂ ਇੰਨਾ ਨਹੀਂ ਪਤਾ ਲੱਗਿਆ ਕਿ ਕਿਹੜੇ ਵੀਰਾਂ ਨੇ ਮਦਦ ਕੀਤੀ, ਲੇਕਿਨ ਕੁਝ ਵੀਰ ਰੁਕੇ ਆ ਜਿਨ੍ਹਾਂ ਨੇ ਪ੍ਰਾਈਵੇਟ ਗੱਡੀ ਨੂੰ ਰੋਕ ਕੇ ਜਿਹੜੇ ਪੀੜਤ ਆ ਉਹਨਾਂ ਨੂੰ
ਹਸਪਤਾਲ ਵਿਖੇ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ। ਤੁਸੀਂ ਦੇਖ ਸਕਦੇ ਹੋ ਕੱਚੇ ਹੀ ਕੱਚ ਜਿਹੜਾ ਸੜਕ 'ਤੇ ਖਿਲ ਰਿਹਾ, ਪਰ ਇੱਥੇ ਜਿਹੜੇ ਕੁਝ ਦੁਕਾਨਦਾਰ ਆ ਉਹਨਾਂ ਦਾ ਕਹਿਣਾ ਕਿ ਕੱਲ੍ਹ ਵੀ ਇਸੇ ਜਗ੍ਹਾ 'ਤੇ ਹਾਦਸਾ ਹੋਇਆ ਸੀਗਾ। ਸੇਮ ਜਗ੍ਹਾ ਦੱਸਿਓ ਜੀ, ਕੱਲ ਵੀ ਬਿਲਕੁਲ ਸੇਮ ਜਗ੍ਹਾ ਤੇ, ਇਹੀ ਜਗ੍ਹਾ ਤੇ ਕੱਲ ਵੀ ਦੋਨਾਂ ਗੱਡੀਆਂ ਦਾ ਐਕਸੀਡੈਂਟ ਹੋਇਆ, ਆਮਣੇ ਸਾਹਮਣੇ ਗੱਡੀਆਂ ਦਾ ਐਕਸੀਡੈਂਟ ਹੋਇਆ। ਮੈਂ ਕਹਿੰਦਾ ਇੱਥੇ ਸਟਰੀਟ ਲਾਈਟ ਵੈਸੇ ਜਗ ਰਹੀ ਆ, ਸਟਰੀਟ ਲਾਈਟ ਤਾਂ ਹੈਗੀ ਆ ਬਸ, ਪਰ ਪੱਤੇ ਕਰਕੇ ਵਿਜੀਬਿਲਿਟੀ ਨਹੀਂ ਆ। ਟਰਾਲੀ ਦਾ ਜਿੱਦਾਂ ਪਤਾ ਨਹੀਂ ਲੱਗਿਆ ਹੋਣਾ, ਮੋਹਰੇ ਹੁਣ ਟਰੈਕਟਰ ਦੀਆਂ ਲਾਈਟਾਂ ਜਗਦੀਆਂ ਸੀ ਬਸ। ਅੱਛਾ, ਟਰੈਕਟਰ ਦੀਆਂ ਲਾਈਟਾਂ ਜਾ ਰਹੀਆਂ ਟਰਾਲੀ ਤੇ? ਟਰਾਲੀ ਦਾ ਨਹੀਂ ਪਤਾ ਲੱਗਿਆ, ਹੁਣੇ 10 ਮਿੰਟ ਪਹਿਲੇ ਗਈ ਆ ਟਰਾਲੀ। ਪਰ ਇਹ ਤੁਸੀਂ ਤੁਹਾਡੇ ਜਾਣਕਾਰ ਹੈ ਜੀ? ਮੇਰੀ ਬੇਟੀ ਆ ਤੇ ਜਵਾਈ ਆ ਜੀ, ਮੈਂ ਪਤਾ ਨਹੀਂ ਹੁਣ, ਮੈਂ ਤਾਂ ਪਾਠ ਕਰਦਾ ਸੀ ਘਰੇ, ਮੈਨੂੰ ਕਹਿੰਦੇ ਪਾਪਾ ਅਸੀਂ ਚੱਲੇ ਆ। ਤੁਸੀਂ ਜਾਓ ਜੀ, ਤੁਸੀਂ ਉੱਧਰ ਕਿਹੜੇ ਹਸਪਤਾਲ ਲੱਗੇ ਇੰਨਾ ਪਤਾ ਲੱਗਾ ਜੀ? ਸਿਵਲ ਹਸਪਤਾਲ ਲੱਗੇ। ਇਹ ਕੋਈ ਨਹੀਂ, ਆਪਾਂ ਵੀ ਕਾਲ ਕਰਕੇ ਪਤਾ ਕਰ ਲੈਂਦੇ, ਉੱਥੋਂ ਪੂਰੀ ਡਿਟੇਲ ਪਤਾ ਕਰ ਲੈਂਦੇ ਸਿਵਲ ਹਸਪਤਾਲ। ਵਿਜੇ ਜਾਨੂੰ ਤੁਸੀਂ ਇੱਕ ਵਾਰੀ ਦਿਖਾਓ ਮਾਹੌਲ, ਮੈਂ ਸਿਵਲ ਹਸਪਤਾਲ ਇੱਕ ਵਾਰੀ ਕਾਲ ਕਰ ਲੈਂਦਾ। ਅੱਗੇ ਜੀ ਬੇਟੀ ਦਾ ਕੀ ਨਾਮ ਹੈ ਮਾੜਾ, ਸਿਵਲ ਹਸਪਤਾਲ ਕਾਲ ਕਰ ਦਵਾਂ ਜੀ? ਸਿਰਜਨਦੀਪ ਤੇ ਉਹਨਾਂ ਦੇ ਹਸਬੈਂਡ ਦਾ ਨਾਮ ਕੀ? ਦਿਲਜੋਤ ਸਿੰਘ ਕੰਗ। ਠੀਕ ਹੈ, ਦਿਲਜੋਤ ਸਿੰਘ ਕੰਗ ਤੇ ਸਿਰਜਨਜੀਤ ਕੌਰ ਕੰਗਾ ਪਿੰਡ ਦੇ ਆ। ਅਤੇ ਮੈਂ ਇੱਕ ਵਾਰੀ ਕੋਸ਼ਿਸ਼ ਕਰਦਾ ਸਿਵਲ ਹੋਸਪਿਟਲ ਕਾਲ ਕੀਤੀ ਜਾਵੇ ਤਾਂ ਜੋ ਭਾਜੀ ਪਰਸ ਵਗੈਰਾ ਦੇ ਤਾ ਤੁਸੀਂ? ਹੁਣ ਫੈਮਿਲੀ ਨੂੰ ਹੈਂਡ ਓਵਰ ਕਰਤਾ ਸਾਰਾ ਕੁਛ। ਇੱਕ ਰਾਤੀ ਵੀ ਐਕਸੀਡੈਂਟ ਹੋਇਆ ਸਿਰਫ ਇਸੀ ਜਗ੍ਹਾ ਤੇ, ਉਹ ਗੱਡੀਆਂ ਮੇਰੇ ਖੜੀਆਂ। ਕਾਰਨ ਕੀ ਮੰਨਦੇ ਹੋ? ਕਾਰਨ ਦੇਖੋ, ਫਾਸਟ ਚਲਾ ਰਹੇ ਸਾਰੇ ਜਣੇ, ਤੇਜ਼ ਆ, ਕੱਲ ਰਾਤੀ ਵੀ ਤੇਜ਼ ਸੀਗਾ, ਅੱਜ ਵੀ ਤੇਜ਼ ਆ। ਟਰਾਲੀ ਇਧਰੋਂ ਜਾ ਰਹੀ ਹੈ, ਇਧਰੋਂ ਗੱਡੀ ਆ ਰਹੀ ਹੈ, ਬਿਲਕੁਲ ਗੱਡੀ ਆਪਣੀ ਸਾਈਡ ਤੇ ਆ ਰਹੀ ਸੀ, ਉਹ ਬਿਲਕੁਲ ਕੱਚੇ ਤੇ ਸੀਗੀ ਗੱਡੀ, ਇਧਰੋਂ ਮੈਨੂੰ ਮਾਰੀ ਆ, ਚਾਰ ਲਿਆ ਕੇ ਉਹਨੇ ਗਲਤ ਸਾਈਡ ਵਿੱਚ, ਰੋਂਗ ਸਾਈਡ ਲਿਆ ਕੇ ਮਾਰ ਦਿੱਤੀ, ਤੇ ਅੱਜ ਵੀ ਆ ਤੇਜ਼ ਆ, ਜਾਂ ਟਰਾਲੀ ਵੀ ਤੇਜ਼ ਆ, ਗੱਡੀ ਵੀ ਤੇਜ਼ ਆ। ਉਹਨਾਂ ਦੇ ਮਤਲਬ ਹਾਲਾਤ ਕਿਹੋ ਜਿਹੇ ਸੀ ਜਿਹੜੇ ਪਿੰਜਰ ਸੀਗੇ? ਠੀਕ ਨੇ, ਠੀਕ ਨਾ, ਥੋੜੀ ਠੀਕ ਆ, ਥੋੜੀ ਠੀਕ। ਮੁੰਡੇ ਦੇਖੋ ਲੈ ਕੇ ਗਿਆ ਸਿਵਲ ਹਸਪਤਾਲ, ਅੱਗੇ ਦੇਖੋ। ਚਲੋ, ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹਰੇਕ ਦੇ ਘਰ ਦਾ ਜੀ ਠੀਕ ਠਾਕ ਰਵੇ, ਔਰ ਉਹਨਾਂ ਦੇ ਲੜਕੀ ਦੇ ਜਿਹੜੇ ਪਿਤਾ ਆ ਉਹਨਾਂ ਨਾਲ ਗੱਲ ਕੀਤੀ ਆ, ਉਹ ਪਰੇਸ਼ਾਨ ਆ, ਬਹੁਤ ਪਰੇਸ਼ਾਨ ਨੇ, ਚਿਹਰੇ ਤੋਂ ਪਰੇਸ਼ਾਨੀ ਝਲਕਦੀ ਪਈ ਆ। ਔਰ ਇਹ ਦੇਖੋ, ਇਹ ਵੀਰ ਹੈ ਸਾਡਾ, ਇਹਨਾਂ ਦੇ ਇੱਥੇ ਕਾਰ ਵਾਸ਼ ਵੀ ਆ, ਇਹਨਾਂ ਨੇ ਸਾਰਾ ਸਮਾਨ ਸਾਂਭਿਆ ਔਰ ਹੈਂਡ ਓਵਰ ਕੀਤਾ, ਤਾਂ ਇੱਦਾਂ ਦੀ ਇਨਸਾਨੀਅਤ ਵੀ ਹੋਣੀ ਚਾਹੀਦੀ ਹੈ ਵੀਰ ਸਾਡੇ। ਇੱਥੇ ਇਹਨਾਂ ਦੇ ਕਾਰ ਵਾਸ਼ ਆ, ਵਿਕਾਸ ਨਗਰ 'ਚੋਂ ਨਿਕਲੇ ਆ ਘਰ ਇਹਨਾਂ ਦਾ, ਵਿਕਾਸ ਨਗਰ 'ਚ ਉੱਥੋਂ ਆਏ ਆ, ਹੁਣੇ ਹੀ ਹਲੇ ਆਏ ਆ, ਕੰਗਾ ਜਾਣਾ ਸੀ। ਹਾਂਜੀ, ਕੰਗਾ ਜਾਣਾ ਸੀ, ਵਿਕਾਸ ਨਗਰ ਤੋਂ ਨਿਕਲੇ ਹੀ ਆ ਹਲੇ। ਦੇਖੋ ਕਾਰ ਕਿੰਨੀ ਡੈਮੇਜ ਹੋਈ ਹੈ, ਔਰ ਦੇਖ ਕੇ ਲੂਹ ਕੰਡੇ ਖੜ੍ਹੇ ਹੁੰਦੇ ਆ, ਰੌਂਗਟੇ ਖੜ੍ਹੇ ਹੁੰਦੇ ਆ, ਆਉਂਦੇ ਜਾਂਦੇ ਜਿਹੜੇ ਵੀ ਰਾਹਗੀਰ ਆ ਰੁਕਦੇ ਪਏ ਆ, ਦੇਖਦੇ ਪਏ ਆ। ਔਰ ਜਸਟ ਇੱਕ ਇਮੈਜਿਨ ਕਰੀਏ ਕਿ ਜਿਹੜਾ ਬੰਦਾ ਉਸ ਸੀਟ 'ਤੇ ਬੈਠਾ ਹੋਵੇਗਾ, ਜਿਹੜਾ ਵਿਅਕਤੀ ਉਸ ਸੀਟ 'ਤੇ ਬੈਠਾ ਹੋਵੇਗਾ, ਉਹਦਾ ਕੀ ਹਾਲ ਹੋਇਆ ਹੋਵੇਗਾ, ਕਿੰਨੀ ਜ਼ੋਰ ਦੀ ਧਮਾਕਾ ਹੋਇਆ ਹੋਣਾ, ਫਿਰ ਕੱਚ ਟੁੱਟਿਆ, ਔਰ ਗੱਡੀ ਕਿੰਨੀ ਡੈਮੇਜ ਹੋਈ ਆ, ਅਤੇ ਜਿਹੜਾ ਵਿਅਕਤੀ ਇੱਥੇ ਬੈਠਾ ਹੋਵੇਗਾ ਉਹਦੀਆਂ ਕਿੰਨੀਆਂ ਗੁੱਝੀਆਂ ਸੱਟਾਂ ਲੱਗੀਆਂ ਹੋਣੀਆਂ, ਇਸ ਗੱਲ ਨੂੰ ਸਮਝਣਾ ਪੈਣਾ। ਔਰ ਡੈਸ਼ਬੋਰਡ ਉਹਨਾਂ ਨੁਕਸਾਨਿਆਂ ਨਹੀਂ ਲੱਗਦਾ, ਪਰ ਜਿਹੜੀ ਜਿਵੇਂ ਤੁਸੀਂ ਉੱਥੇ ਦੇਖੋ ਕਿ ਛੱਤ ਬੈਂਡ ਹੋ ਗਈ ਹੈ, ਤਾਂ ਉਹਦੇ ਨਾਲ ਡੈਫੀਨੇਟਲੀ ਇੱਕ ਡਰ ਆ, ਇੱਕ ਵੈਸੇ ਹੀ ਇੱਕ ਮੇਰੇ ਮਨ ਦਾ ਡਰ ਹੈ ਕਿ ਜਿਹੜਾ ਵਿਅਕਤੀ ਗੱਡੀ ਚਲਾ ਰਿਹਾ ਉਹਦੇ ਸਿਰ 'ਤੇ ਸੱਟ ਨਾ ਲੱਗੀ ਹੋਵੇ। ਪਰ ਹਾਲਾਤ ਬੜੇ ਨਾਜ਼ੁਕ ਨੇ, ਜਿਵੇਂ ਇੱਥੇ ਰਾਹਗੀਰ ਦੱਸ ਰਿਹਾ, ਇਹਨਾਂ ਭਰਾਵਾਂ ਨੇ ਬਹੁਤ ਮਦਦ ਕੀਤੀ ਹੈ, ਭਾਅ ਜੀ ਹੁਣੀ ਇੱਥੇ ਖੜ੍ਹੇ ਆ, ਸਾਰੇ ਦੱਸ ਰਹੇ ਸੀਗੇ ਕਿ ਬੜੀ ਜੱਦੋ ਜਹਿਦ ਕਰਕੇ ਗੱਡੀ 'ਚੋਂ ਬਾਹਰ ਕੱਢਿਆ ਗਿਆ ਹਸਬੈਂਡ ਵਾਈਫ ਦੋਨਾਂ ਨੂੰ, ਔਰ ਉਸ ਤੋਂ ਬਾਅਦ ਪ੍ਰਾਈਵੇਟ ਗੱਡੀ ਵਿੱਚ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਉਮੀਦ ਕਰਦੇ ਹਾਂ, ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ
ਕਿ ਦੋਨੋਂ ਹਸਬੈਂਡ ਵਾਈਫ ਠੀਕ ਹੋ ਜਾਣ। ਲੜਕੀ ਦੇ ਪਿਤਾ ਇੱਥੇ ਖੜ੍ਹੇ ਸੀ ਹੁਣੀ ਥੋੜ੍ਹੀ ਦੇਰ ਪਹਿਲਾਂ, ਸਾਡੇ ਕੋਲ ਤਾਂ ਉਹ ਬੜੇ ਪਰੇਸ਼ਾਨ ਆ, ਸਮਝ ਨਹੀਂ ਲੱਗ ਰਿਹਾ ਉਹਨਾਂ ਨੂੰ, ਕਨਫਿਊਜ਼ ਹੋ ਗਏ, ਡਰ ਗਏ, ਹੈ ਨਾ। ਇੱਕ ਬੰਦੇ ਦੇ ਮਨ 'ਚ ਖਿਆਲ ਉੱਦਾਂ ਦੇ ਆਉਣ ਲੱਗ ਪੈਂਦੇ, ਚਲੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਸਭ ਠੀਕ ਹੋ ਜਾਵੇ, ਭਾਣਾ ਇੱਦਾਂ ਦਾ ਕਿਸੇ ਨਾਲ ਨਾ ਹੋਵੇ। ਔਰ ਤੁਸੀਂ ਦੇਖੋ ਕਿ ਰਾਹਗੀਰ ਜਿਹੜੇ ਆ ਉਹ ਸਾਰੇ ਰੁਕੇ ਆ, ਆਪਣੇ ਵੱਲੋਂ ਹਰ ਇੱਕ ਬੰਦਾ ਇੱਕ ਹੈਲਪ ਲਈ ਰੁਕਦਾ ਕਿ ਚੱਲ ਯਾਰ ਰੁਕ ਜਾਂਦੇ ਆ ਜੇ ਕੋਈ ਮੁਸੀਬਤ 'ਚ ਉਹਦੀ ਮਦਦ ਕੀਤੀ ਜਾਵੇ। ਪਰ ਇੱਥੇ ਦੱਸਿਆ ਜਾ ਰਿਹਾ ਕਿ ਕੱਲ੍ਹ ਵੀ ਐਕਸੀਡੈਂਟ ਹੋਇਆ, ਔਰ ਸਪੀਡ ਜ਼ਿਆਦਾ ਹੋਣ ਕਰਕੇ ਜਿਹੜਾ ਦੱਸਿਆ ਜਾ ਰਿਹਾ ਕਿ ਇੱਥੇ ਆਏ ਦਿਨ ਹਾਦਸੇ ਹੋ ਰਹੇ ਆ। ਔਰ ਕਈ ਤਾਂ ਵੀਰ ਇਹ ਵੀ ਕਹਿ ਰਹੇ ਆ ਕਿ ਟਰੈਕਟਰ ਦੇ ਲਾਈਟ ਸੀ, ਟਰਾਲੀ 'ਤੇ ਕੋਈ ਇੰਡੀਕੇਸ਼ਨ ਨਹੀਂ ਸੀ ਜਿਹਦੇ ਕਰਕੇ ਜਜਮੈਂਟ ਨਹੀਂ ਹੋਈ ਕਾਰ ਵਾਲੇ ਤੋਂ, ਔਰ ਆਹਮਣਿਓ ਸਾਹਮਣਿਓ ਟੱਕਰ ਹੋ ਗਈ ਹੈ। ਔਰ ਇੱਕ ਪਾਸਾ ਜਿਹੜਾ ਅਲਟੋ ਗੱਡੀ ਦਾ ਟਰੈਕਟਰ ਟਰਾਲੀ ਨਾਲ ਭਿੜਿਆ ਟਕਰਾਇਆ, ਉਹਦਾ ਦੇਖੋ ਤੁਸੀਂ ਕੀ ਹਾਲ ਹੋ ਗਿਆ, ਉਹ ਚੂਰੋ ਚੂਰ ਹੋ ਗਿਆ, ਟਾਇਰ ਤੱਕ ਬਾਹਰ ਨਿਕਲ ਗਿਆ। ਤਾਂ ਸਪੀਡ ਜ਼ਾਹਿਰ ਜਿਹੀ ਗੱਲ ਹੈ ਕਿ ਦੋਨੋਂ ਗੱਡੀਆਂ ਦੀ ਜ਼ਿਆਦਾ ਹੋਵੇਗੀ, ਪਰ ਇਹਨਾਂ ਮੁੰਡੇ ਜਿੰਨੇ ਇੱਥੇ ਖੜ੍ਹੇ, ਇਹਨਾਂ ਸਾਰਿਆਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੰਨੇ ਵੀ ਰਾਹਗੀਰ ਰੁਕਦੇ ਆ, ਅਤੇ ਸਹੀ ਇੱਕ ਗੱਲ ਨਾਲ ਰੁਕਦੇ ਆ ਕਿ ਯਾਰ ਜੇ ਕਿਸੇ ਨੂੰ ਲੋੜ ਆ, ਜ਼ਰੂਰਤ ਆ, ਆਪਾਂ ਮਦਦ ਕਰ ਦਈਏ। ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਇੱਥੇ ਫੱਟੜ ਜਿਹੜੇ ਹੋਏ ਆ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ, ਉਹ ਠੀਕ ਹੋ ਜਾਣ, ਤੰਦਰੁਸਤ ਹੋ ਜਾਣ। ਕੰਗਾ ਪਿੰਡ ਤੋਂ ਹਸਬੈਂਡ ਵਾਈਫ ਸੀਗੇ, ਦੱਸਿਆ ਜਾ ਰਿਹਾ ਵਿਕਾਸ ਨਗਰ ਤੋਂ ਕੰਗਾ ਪਿੰਡ ਵੱਲ ਨੂੰ ਜਾਣਾ ਸੀ, ਤਾਂ ਰਾਹੋਂ ਤੋਂ ਨਵੇਂ ਸ਼ਹਿਰ ਆ ਰਹੀ ਇੱਕ ਟਰੈਕਟਰ ਟਰਾਲੀ ਵਿੱਚ ਗੰਨੇ ਦੀ ਜਿਹੜੀ ਲੱਦੀ ਹੋਈ ਟਰਾਲੀ ਸੀ ਉਹਦੇ ਵਿੱਚ ਹਾਦਸਾ ਜਿਹੜਾ ਹੋ ਜਾਂਦਾ, ਐਕਸੀਡੈਂਟ ਜਿਹੜਾ ਹੋ ਜਾਂਦਾ।